हेलो दोस्तों, गुरु स्टडी पॉइंट ते तुहाडा स्वागत कीता जांदा। दोस्तों, लैके आया तुहाडे लई वेरी इंपोर्टेंट जीके दे नाल संबंधित एमसीक्यू, जो कि पंजाब स्कूल सिक्ख्या बोर्ड दे अकॉर्डिंग ने, पंजाब स्कूल सिक्ख्या बोर्ड दीआं किताबां दे जां सिलेबस दे अकॉर्डिंग कह सकदे हां, क्योंकि एग्जामीनर ज़्यादातर प्रश्न जीके दे नाल संबंधित हुंदे ने, जिहड़े उह पंजाब स्कूल सिक्ख्या बोर्ड दे अकॉर्डिंग पुछदे ने। सो अपनी कोशिश है वी पंजाब स्कूल सिक्ख्या बोर्ड दीआं 6वीं तों 12वीं तक दीआं बुक्स दे विच्चों ਜਿਹੜੇ ਵੀ ਇੰਪੋਰਟੈਂਟ ਸਾਇੰਸ, ਹਿਸਟਰੀ, ਪੋਲੀਟੀਕਲ ਸਾਇੰਸ, ਜੀਓਗ੍ਰਾਫੀ, ਹਰ ਤਰ੍ਹਾਂ ਦੇ ਪ੍ਰਸ਼ਨ ਜਿਹੜੇ ਵੀ ਬਣਦੇ ਆ ਤੁਹਾਨੂੰ ਜ਼ਰੂਰ ਨੋਟ ਕਰਵਾਈਏ। ਸ਼ੁਰੂ ਕਰਦੇ ਹਾਂ। ਪਹਿਲਾ ਪ੍ਰਸ਼ਨ, ਵੀਡੀਓ ਨੂੰ ਸ਼ੇਅਰ ਕਰ ਦਿਓ। ਕੇਂਦਰੀ ਸਿੱਖ ਅਜਾਇਬ ਘਰ ਕਿੱਥੇ ਆ ਜੀ? ਸੋ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਦੋਸਤੋ। ਪਟਿਆਲਾ ਦੇ ਵਿੱਚ ਹੈ, ਅੰਮ੍ਰਿਤਸਰ ਦੇ ਵਿੱਚ, ਚੰਡੀਗੜ੍ਹ ਜਾਂ ਮੋਹਾਲੀ? ਸੋ ਦੋਸਤੋ, ਅੰਮ੍ਰਿਤਸਰ ਦੇ ਵਿੱਚ ਹੈ ਕੇਂਦਰੀ ਸਿੱਖ ਅਜਾਇਬ ਘਰ। ਵੈਰੀ ਇੰਪੋਰਟੈਂਟ ਹੈ ਜੀ, ਧਿਆਨ 'ਚ ਰੱਖਣਾ। ਆਪਸ਼ਨ ਨੰਬਰ 2 ਸਹੀ ਹੈ ਜੀ, ਕੇਂਦਰੀ ਸਿੱਖ ਅਜਾਇਬ ਘਰ ਅੰਮ੍ਰਿਤਸਰ ਦੇ ਵਿੱਚ ਹੈ। 2 ਨੰਬਰ ਪ੍ਰਸ਼ਨ ਜੀ, ਹੀਟਰ ਬਿਜਲੀ ਤਾਰ ਕਿਸ ਧਾਤ ਦੀ ਬਣੀ ਹੁੰਦੀ ਹੈ? ਜਿਹੜਾ ਹੀਟਰ ਹੁੰਦਾ ਜੀ, ਪਾਣੀ ਵਗੈਰਾ ਗਰਮ ਕਰਦੇ ਆਪਾਂ, ਜਿਹੜਾ ਲਾਈਟ ਤੇ ਚੱਲਦਾ, ਉਹਦੇ ਵਿਚਕਾਰ ਜਿਹੜੀ ਤਾਰ ਪਾਈ ਹੁੰਦੀ ਹੈ, ਸਪਰਿੰਗ ਜਾਂ ਪਾਇਆ ਜਾਂਦਾ, ਉਹ ਕਿਹਦੀ ਬਣੀ ਹੁੰਦੀ ਆ? ਕਿਹੜੀ ਧਾਤ ਦੀ ਬਣੀ ਹੁੰਦੀ ਹੈ? ਨਾਈਕ੍ਰੋਮ ਦੀ, ਟੰਗਸਟਨ ਦੀ, ਤਾਂਬਾ ਜਾਂ ਲੋਹਾ? ਸੋ ਆਪਸ਼ਨ ਨੰਬਰ 1 ਸਹੀ ਹੈ ਜੀ, ਨਾਈਕ੍ਰੋਮ ਦੀ ਬਣੀ ਹੁੰਦੀ ਆ, ਉਹ ਸਪਰਿੰਗ ਜਾਂ ਜਿਹੜਾ ਉਹ ਤਾਰ ਵਗੈਰਾ ਹੁੰਦੀ ਆ, ਹੀਟਰ ਵਾਲੀ ਤਾਰ, ਨਾਈਕ੍ਰੋਮ ਦੀ ਬਣੀ ਹੁੰਦੀ ਆ। ਇਹ ਆਪਸ਼ਨ ਨੰਬਰ 1 ਸਹੀ ਆ। 2 ਨੰਬਰ ਪ੍ਰਸ਼ਨ ਦੋਸਤੋ, ਆਨੰਦ ਕਾਰਜ ਲਾਵਾਂ ਕਿਸ ਗੁਰੂ ਸਾਹਿਬ ਜੀ ਦੀ ਲਿਖਤ ਹੈ? ਸੋ ਆਨੰਦ ਕਾਰਜ ਜਿਹੜਾ ਲਾਵਾਂ ਦਾ ਜਿਹੜਾ ਪਾਠ ਜਾਂ ਜਿਹੜਾ ਹੈਗਾ ਉਹ ਰਚਨਾ ਗੀ, ਉਹ ਕਿਹਦੀ ਲਿਖੀ ਹੋਈ ਹੈ, ਕਿਹਦੀ ਹੈਗੀ ਹੈਗੀ, ਮਤਲਬ ਜਿਹੜੀ ਉਹ ਲਿਖਤ ਹੈਗੀ? ਸ੍ਰੀ ਗੁਰੂ ਅਮਰਦਾਸ ਸ੍ਰੀ ਗੁਰੂ ਰਾਮਦਾਸ, ਅਮਰਦਾਸ, ਅਰਜਨ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ? ਸੋ ਆਪਸ਼ਨ ਨੰਬਰ 1 ਸਹੀ ਹੈ ਜੀ, ਸ੍ਰੀ ਗੁਰੂ ਰਾਮਦਾਸ ਜੀ ਦੀ ਇਹ ਰਚਨਾ ਹੈਗੀ, ਆਨੰਦ ਕਾਰਜ ਲਾਵਾਂ ਦੀ ਜੋ ਲਿਖਤ ਹੈਗੀ, ਸ੍ਰੀ ਗੁਰੂ ਰਾਮਦਾਸ ਜੀ ਨੇ ਇਹ ਲਿਖੀ ਆ। 4 ਨੰਬਰ ਪ੍ਰਸ਼ਨ ਦੇਖਦੇ ਹਾਂ ਦੋਸਤੋ, ਕਲੋਰੋਫਿਲ ਪੌਦੇ ਦੀ ਕਿਸ ਪਦਾਰਥ ਨੂੰ ਸੋਖਣ ਵਿੱਚ ਮਦਦ ਕਰਦਾ? ਸੋ ਜਿਹੜਾ ਕਲੋਰੋਫਿਲ ਹੈ, ਸੋ ਦੋਸਤੋ ਜਿਹੜਾ ਕਲੋਰੋਫਿਲ ਹੈ ਉਹ ਪੌਦੇ ਦੀ ਕਿਹੜੀ ਮਦਦ ਕਰਦਾ ਹੈ, ਵੀ ਉਹ ਕਿਹੜੇ ਪਦਾਰਥ ਨੂੰ ਸੋਖਣ ਵਿੱਚ ਮਦਦ ਕਰਦਾ ਕਲੋਰੋਫਿਲ? 2 ਪਾਰਟ ਬਣ ਗਏ ਪ੍ਰਸ਼ਨ ਦੇ। ਪਾਣੀ ਨੂੰ ਸੋਖਣ ਦੇ ਵਿੱਚ ਮਦਦ ਕਰਦਾ ਕਲੋਰੋਫਿਲ, ਹਵਾ ਨੂੰ, ਮਿੱਟੀ ਵਿਚਲੇ ਤੇਲ ਨੂੰ, ਜਾਂ ਸੂਰਜੀ ਊਰਜਾ ਨੂੰ? ਸੋ ਆਪਸ਼ਨ ਨੰਬਰ 1 ਸਹੀ ਹੈ ਜੀ, ਕਲੋਰੋਫਿਲ ਪੌਦੇ ਦੀ ਪਦਾਰਥ ਨੂੰ ਜਿਹੜੀ ਸੋਖਣ 'ਚ ਮਦਦ ਕਰਦਾ, ਉਹ ਪਾਣੀ ਨੂੰ ਸੋਖਣ ਦੀ ਮਦਦ ਕਰਦਾ ਜੀ ਕਲੋਰੋਫਿਲ। ਹਾਂਜੀ ਫਰੈਂਡ ਜੀ, 5 ਨੰਬਰ ਪ੍ਰਸ਼ਨ ਦੇਖਦੇ ਹਾਂ, ਅਟਲ ਸੁਰੰਗ ਭਾਰਤ ਦੇ ਕਿਸ ਰਾਜ ਵਿੱਚ ਬਣਾਈ ਗਈ ਹੈ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ, ਅਟਲ ਸੁਰੰਗ ਭਾਰਤ ਦੇ ਕਿਸ ਰਾਜ ਵਿੱਚ ਬਣਾਈ ਗਈ ਹੈ? ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ? ਸੋ ਆਪਸ਼ਨ ਨੰਬਰ 3 ਸਹੀ ਹੈ ਦੋਸਤੋ, ਹਿਮਾਚਲ ਪ੍ਰਦੇਸ਼ ਦੇ ਵਿੱਚ ਬਣਾਈ ਗਈ ਹੈ ਅਟਲ ਸੁਰੰਗ, ਭਾਰਤ ਦੇ ਹਿਮਾਚਲ ਪ੍ਰਦੇਸ਼ ਰਾਜ ਦੇ ਵਿੱਚ ਇਹ ਸਥਿਤ ਹੈਗੀ ਅਟਲ ਸੁਰੰਗ। 6 ਨੰਬਰ ਦੇਖਦੇ ਹਾਂ ਜੀ, ਚਰਬੀ ਦੇ ਪਾਚਣ ਵਿੱਚ ਸਹਿਯੋਗ ਕਰਨ ਵਾਲਾ ਐਂਜਾਈਮ ਕਿਸ ਅੰਗ ਵਿੱਚ ਪੈਦਾ ਹੁੰਦਾ ਹੈ? ਸੋ ਚਰਬੀ ਦੇ ਪਾਚਣ ਨੂੰ, ਮਤਲਬ ਚਰਬੀ ਨੂੰ ਪਚਾਉਣ ਵਿੱਚ ਜਿਹੜੀ ਮਦਦ ਕਰਦਾ ਐਂਜਾਈਮ ਹੁੰਦਾ, ਉਹ ਕਿਹੜੇ ਅੰਗ 'ਚ ਪੈਦਾ ਹੁੰਦਾ? ਗੁਰਦੇ 'ਚ, ਪਿੱਤੇ 'ਚ, ਵੱਡੀ ਅੰਦਰ 'ਚ, ਜਾਂ ਜਿਗਰ 'ਚ? ਸੋ ਦੋਸਤੋ ਆਪਸ਼ਨ ਨੰਬਰ 2 ਸਹੀ ਹੈ ਜੀ, ਇਹ ਪਿੱਤੇ ਦੇ ਵਿੱਚ ਪੈਦਾ ਹੁੰਦਾ ਦੋਸਤੋ, ਜਿਹੜਾ ਚਰਬੀ ਨੂੰ ਪਚਾਉਣ ਦੇ ਵਿੱਚ ਮਦਦ ਕਰਦਾ ਐਂਜਾਈਮ, ਉਹ ਪਿੱਤੇ ਦੇ ਵਿੱਚ ਪੈਦਾ ਹੁੰਦਾ। ਅਗਲਾ ਪ੍ਰਸ਼ਨ ਦੇਖਦੇ ਹਾਂ ਦੋਸਤੋ, ਭਾਰਤ ਰਤਨ ਪ੍ਰਾਪਤ ਕਰਨ ਵਾਲੇ ਪਹਿਲੇ ਵਿਦੇਸੀ ਕੌਣ ਸਨ? ਵੈਰੀ ਵੈਰੀ ਇੰਪੋਰਟੈਂਟ ਹੈ ਜੀ, ਭਾਰਤ ਜਿਹੜੇ ਭਾਰਤ ਰਤਨ ਪ੍ਰਾਪਤ ਕਰਨ ਵਾਲੇ ਨੇ, ਕੋਈ ਬਹੁਤ ਸਾਰੇ ਤਾਂ ਭਾਰਤੀ ਨੇ, ਇੱਕ ਜਿਹੜਾ ਪਹਿਲਾ ਵਿਦੇਸੀ ਸੀਗਾ, ਵਿਦੇਸੀਆਂ ਨੂੰ ਵੀ ਮਿਲਦੇ ਆ ਨਾ, ਸੋ ਵਿਦੇਸੀ ਕਿਹੜਾ ਸੀ ਪਹਿਲਾ? ਉਹ ਨੈਸ਼ਨਲ ਮੰਡੇਲਾ, ਖਾਨ ਅਬਦੁਲ ਗਫਾਰ ਖਾਂ, ਮੁਹੰਮਦ ਅਲੀ ਜਿੰਨਾ, ਕੋਈ ਵੀ ਨਹੀਂ। ਆਪਸ਼ਨ ਨੰਬਰ 2 ਸਹੀ ਹੈ ਦੋਸਤੋ, ਭਾਰਤ ਰਤਨ ਪਹਿਲੇ ਵਿਦੇਸ਼ੀ ਨੂੰ ਮਿਲਿਆ ਸੀ, ਜਿਹੜਾ ਖਾਨ ਅਬਦੁਲ ਗਫਾਰ ਖਾਂ ਸੀ, ਇਹ ਪਹਿਲਾ ਵਿਦੇਸੀ ਸੀ। ਅਗਲਾ ਪ੍ਰਸ਼ਨ ਦੋਸਤੋ, 8 ਨੰਬਰ, ਅੰਡੇਮਾਨ ਨਿਕੋਬਾਰ ਦੀਪ ਸਮੂਹ ਵਿੱਚ ਸਭ ਤੋਂ ਉੱਚੀ ਚੋਟੀ ਕਿਹੜੀ ਹੈ? ਵੈਰੀ ਵੈਰੀ ਇੰਪੋਰਟੈਂਟ ਹੈ, ਅੰਡੇਮਾਨ ਨਿਕੋਬਾਰ ਦੀਪ ਸਮੂਹ ਨੇ ਜਿਹੜੇ, ਉਹਨਾਂ ਦੇ ਵਿੱਚ ਸਭ ਤੋਂ ਉੱਚੀ ਚੋਟੀ ਕਿਹੜੀ ਹੈ ਜੀ? ਮਾਊਂਟ ਕੋ ਹੈਗੀ, ਮਾਊਂਟ ਦਿਆਬੋਲ ਬੋਲੋ, ਸੈਂਡਲ ਚੋਟੀ, ਮਾਊਂਟ ਥੁਈਲਰ? ਸੋ ਆਪਸ਼ਨ ਨੰਬਰ 3 ਸਹੀ ਹੈ ਜੀ, ਸੈਂਡਲ ਚੋਟੀ ਹੈ ਜਿਹੜੀ, ਸੈਂਡਲ ਪੀਕ ਅੰਡੇਮਾਨ ਨਿਕੋਬਾਰ ਦੀਪ ਸਮੂਹ ਦੀ ਸਭ ਤੋਂ ਉੱਚੀ ਚੋਟੀ ਹੈ ਜੀ। ਵੈਰੀ ਇੰਪੋਰਟੈਂਟ ਹੈ, ਕਾਫੀ ਪੇਪਰਾਂ ਦੇ ਵਿੱਚ ਇਹ ਪ੍ਰਸ਼ਨ ਪੁੱਛਿਆ ਗਿਆ।
ਸੈਂਡਲ ਪੀਕ ਤੋਂ ਯਾਦ ਰੱਖਣਾ ਤੁਸੀਂ, ਅੰਡੇਮਾਨ ਨਿਕੋਬਾਰ ਦੀਪ ਸਮੂਹ ਦੀ ਉੱਚੀ ਚੋਟੀ ਦਾ ਨਾਂ ਗਾ। ਅਰਾਵਲੀ ਪਰਬਤ ਦੀ ਸਭ ਤੋਂ ਉੱਚੀ ਚੋਟੀ ਹੈ ਗੁਰੂ ਸਿਖਰ, ਇਹ ਯਾਦ ਰੱਖਣਾ। ਇਹ ਵੀ ਪੁੱਛੀ ਜਾਂਦੀ ਹੈ ਪੇਪਰਾਂ ਦੇ ਵਿੱਚ, ਜਿਹੜਾ ਆਪਣਾ ਪੁਰਾਣਾ ਪਰਬਤ ਆ ਅਰਾਵਲੀ, ਇਹਦੀ ਜਿਹੜੀ ਸਭ ਤੋਂ ਉੱਚੀ ਚੋਟੀ ਆ ਉਹਦਾ ਨਾਂ ਗਾ ਜੀ ਗੁਰੂ ਸਿਖਰ। ਇਹ ਵੀ ਕਾਫੀ ਮਸ਼ਹੂਰ ਹੈ, ਬਹੁਤ ਵਾਰ ਪੇਪਰਾਂ 'ਚ ਪੁੱਛਿਆ ਗਿਆ। ਅਗਲਾ ਪ੍ਰਸ਼ਨ ਦੇਖਦੇ ਹਾਂ ਦੋਸਤੋ, 9 ਨੰਬਰ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜੀ ਨੋਵਲ ਨੋਵਲ ਗੈਸ ਨਹੀਂ ਹੈ। ਸੋ ਹੇਠ ਲਿਖਿਆਂ ਵਿੱਚੋਂ ਕਿਹੜੀ ਨੋਵਲ ਗੈਸ ਨਹੀਂ ਹੈ, ਨਿਆਨ, ਆਰਗਨ, ਹੀਲੀਅਮ, ਬਰੋਮੀਨ। ਸੋ ਆਪਸ਼ਨ ਨੰਬਰ 4 ਸਹੀ ਹੈ ਜੀ, ਬਰੋਮੀਨ ਹੈ ਜਿਹੜੀ ਉਹ ਨੋਵਲ ਗੈਸ ਨਹੀਂ ਹੈਗੀ। ਆਪਸ਼ਨ ਨੰਬਰ 4 ਸਹੀ ਹੈ ਜੀ। 10 ਨੰਬਰ ਪ੍ਰਸ਼ਨ ਦੋਸਤੋ, ਵਿਸ਼ਵ ਪ੍ਰਸਿੱਧ ਦੌੜਾਕ ਉਸੇਨ ਬੋਲਟ ਕਿਸ ਦੇਸ਼ ਦਾ ਰਹਿਣ ਵਾਲਾ ਸੀ, ਜਿਹੜਾ ਵਿਸ਼ਵ ਦਾ ਮਸ਼ਹੂਰ ਦੌੜਾਕ ਹੈ, ਰੇਸਰ ਹੈਗਾ ਉਸੇਨ ਬੋਲਟ, ਉਹ ਕਿਹੜੇ ਦੇਸ਼ ਦਾ ਰਹਿਣ ਵਾਲਾ ਹੈ ਜੀ, ਜਮਾਇਕਾ ਦਾ, ਦੱਖਣੀ ਅਫਰੀਕਾ, ਇਰਾਕ ਜਾਂ ਕਿਊਬਾ। ਆਪਸ਼ਨ ਨੰਬਰ 1 ਸਹੀ ਹੈ ਜੀ, ਜਮਾਇਕਾ ਦਾ ਰਹਿਣ ਵਾਲਾ ਜਿਹੜਾ ਪ੍ਰਸਿੱਧ ਦੌੜਾਕ ਹੈ, ਮਸ਼ਹੂਰ ਹੈਗਾ ਦੌੜਾਕ ਜਿਹੜਾ ਉਸੇਨ ਬੋਲਟ, ਜਮਾਇਕਾ ਦਾ ਰਹਿਣ ਵਾਲਾ ਦੋਸਤੋ। ਅਗਲਾ ਪ੍ਰਸ਼ਨ 11 ਨੰਬਰ ਪ੍ਰਸ਼ਨ ਦੋਸਤੋ, ਕਿਸ ਜੰਗਲ ਨੂੰ ਧਰਤੀ ਦੇ ਫੇਫੜਿਆਂ ਵਜੋਂ ਜਾਣਿਆ ਜਾਂਦਾ ਹੈ, ਕਿਹੜਾ ਅਜਿਹਾ ਜੰਗਲ ਹੈ ਜੀ ਜਿਹਨੂੰ ਧਰਤੀ ਦੇ ਫੇਫੜਿਆਂ ਦੇ ਤੌਰ 'ਤੇ ਜਾਣਦੇ ਨੇ। ਐਮਾਜੋਨ, ਕੋਂਗੋ, ਸੁੰਦਰਾਵਨ, ਵਾਲਦੀ ਵਿਆਨ। ਸੋ ਆਪਸ਼ਨ ਨੰਬਰ 1 ਸਹੀ ਹੈ ਜੀ, ਐਮਾਜੋਨ ਜੰਗਲ ਨੂੰ ਮਤਲਬ ਧਰਤੀ ਦੇ ਫੇਫੜਿਆਂ ਦੇ ਵਜੋਂ ਜਾਣਿਆ ਜਾਂਦਾ ਜੀ। 12 ਨੰਬਰ ਪ੍ਰਸ਼ਨ ਦੋਸਤੋ, ਹੇਠ ਲਿਖਿਆਂ ਵਿੱਚੋਂ ਕਿਹੜਾ ਰੇਡੀਓ ਐਕਟਿਵ ਤੱਤ ਹੈ, ਰੇਡੀਓ ਐਕਟਿਵ ਤੱਤ ਪੁੱਛਿਆ ਕਿਹੜਾ ਜੀ ਹੇਠ ਲਿਖਿਆਂ ਵਿੱਚੋਂ, ਕੋਬਾਲਟ, ਜੁਰੇਨੀਅਮ, ਆਰਗਨ, ਕਰੋਮੀਨੀਅਮ। ਆਪਸ਼ਨ ਨੰਬਰ 2 ਸਹੀ ਹੈ ਜੀ, ਜੁਰੇਨੀਅਮ ਹੈ, ਆਪਸ਼ਨ ਨੰਬਰ 2 ਜੁਰੇਨੀਅਮ ਰੇਡੀਓ ਐਕਟਿਵ ਤੱਤ ਹੈਗਾ। 13 ਨੰਬਰ ਪ੍ਰਸ਼ਨ ਦੋਸਤੋ, ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜ ਸੱਤ ਭੈਣਾਂ ਦਾ ਮੈਂਬਰ ਹੈ, ਪੱਛਮੀ ਬੰਗਾਲ, ਤ੍ਰਿਪੁਰਾ, ਉੜੀਸਾ, ਬਿਹਾਰ। ਸੋ ਇਹ ਤ੍ਰਿਪੁਰਾ ਨੂੰ ਮੰਨਿਆ ਜਾਂਦਾ ਜੀ, ਤ੍ਰਿਪੁਰਾ ਨੂੰ ਕਿਹਾ ਜਾਂਦਾ ਗਾ ਸੱਤ ਭੈਣਾਂ ਦਾ ਮੈਂਬਰ। ਮਹਾਤਮਾ ਬੁੱਧ ਦਾ ਜਨਮ ਕਿੱਥੇ ਹੋਇਆ, ਵੈਰੀ ਵੈਰੀ ਇੰਪੋਰਟੈਂਟ ਹੈ ਜੀ, ਕਪਿਲਵਸਤੂ ਦੇ ਵਿੱਚ, ਸਾਰਨਾਥ, ਬੋਧ ਗਿਆ ਜਾਂ ਲੂੰਬਣੀ। ਸੋ ਆਪਸ਼ਨ ਨੰਬਰ 4 ਸਹੀ ਹੈ ਜੀ, ਲੂੰਬਣੀ ਦੇ ਵਿੱਚ ਹੋਇਆ ਸੀਗਾ ਮਹਾਤਮਾ ਬੁੱਧ ਦਾ ਜਨਮ। ਸਾਰਨਾਥ ਦੇ ਵਿੱਚ ਉਹਨਾਂ ਨੇ ਆਪਣਾ ਪਹਿਲਾ ਉਦੇਸ਼ ਦਿੱਤਾ ਸੀ, ਜਿਹੜਾ ਉਹਨਾਂ ਨੇ ਮਤਲਬ ਸੰਦੇਸ਼ ਉਦੇਸ਼ ਜਿਹੜਾ ਉਹਨਾਂ ਨੇ ਪੇਸ਼ ਕੀਤਾ ਸੀ, ਪਹਿਲਾਂ ਉਹ ਦਿੱਤਾ ਸੀ ਉਹਨਾਂ ਨੇ, ਬੋਧ ਗਿਆ ਦੇ ਵਿੱਚ ਉਹਨਾਂ ਨੇ ਤਪੱਸਿਆ ਕਰੀ ਸੀ ਜੀ। ਗੁਰੂ ਨਾਨਕ ਦੇਵ ਜੀ ਦੀ ਆਤਮ ਕਥਾ ਕਿਸ ਗੁਰੂ ਨੇ ਲਿਖੀ ਸੀ, ਗੁਰੂ ਨਾਨਕ ਦੇਵ ਦੀ ਆਤਮ ਕਥਾ ਕਿਸ ਗੁਰੂ ਨੇ ਲਿਖੀ, ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ। ਸੋ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਲਿਖੀ ਸੀ ਜੀ, ਇਹ ਤੁਸੀਂ ਰਿਲੇਟ ਕਰਕੇ ਸਿੱਖ ਸਕਦੇ, ਮਤਲਬ ਜਾਣ ਸਕਦੇ ਹੋ, ਜਿਵੇਂ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਸੀ, ਦੂਸਰੇ ਗੁਰੂ ਅੰਗਦ ਦੇਵ ਜੀ ਸੀਗੇ, ਮਤਲਬ ਆਪਾਂ ਇੱਥੋਂ ਗੱਲ ਯਾਦ ਕਰ ਸਕਦੇ ਹਾਂ ਵੀ ਪਹਿਲੇ ਬੰਦੇ ਦੀਆਂ ਗੱਲਾਂ ਬਾਤਾਂ ਦੂਸਰਾ ਬੰਦਾ ਜਿਹੜਾ ਉਹ ਤੋਂ ਅਗਲਾ ਬੰਦਾ, ਅਗਲੀ ਪੀੜ੍ਹੀ ਸੀ ਜਿਹੜੀ ਉਹਦੀ, ਉਹੀ ਜਾਣਦੀ ਹੋਊਗੀ, ਫਿਰ ਉਹੀ ਲਿਖੂਗੀ। ਸੋ ਆਪਾਂ ਇਹ ਰਿਲੇਟ ਕਰ ਸਕਦੇ ਹਾਂ ਗੱਲ ਇੱਥੋਂ, ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਆਤਮ ਕਥਾ ਲਿਖੀ ਸੀ। ਸੋ ਦੋਸਤੋ ਇਹ ਸਨ ਵੈਰੀ ਇੰਪੋਰਟੈਂਟ ਜੀਕੇ ਦੇ ਨਾਲ ਸੰਬੰਧਿਤ, ਖਾਸ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਦੇ ਅਕੋਰਡਿੰਗ 6ਵੀਂ ਤੋਂ 12ਵੀਂ ਤੱਕ ਦੀਆਂ ਬੁੱਕਸ ਦੇ ਵਿੱਚੋਂ ਲਏ ਗਏ ਹੋਏ ਮਿਕਸ ਜੀਕੇ ਨਾਲ ਸੰਬੰਧਿਤ MCQs। ਸੋ ਦੋਸਤੋ ਜੇ ਕਿਸੇ ਕੈਂਡੀਡੇਟ ਨੇ, ਕਿਸੇ ਵਿਦਿਆਰਥੀ ਨੇ ਆਪਣੇ ਚੈਨਲ ਦੇ ਵਟਸਅਪ ਲਿੰਕ ਦੇ ਵਿੱਚ, ਵਟਸਅਪ ਗਰੁੱਪ ਦੇ ਵਿੱਚ ਐਡ ਹੋਣਾ ਹੋਵੇ, ਜਿਵੇਂ ਆਂਗਣਵਾੜੀ ਸੁਪਰਵਾਈਜ਼ਰ ਪੋਸਟਾਂ, NTT, ਜੇਲ੍ਹ ਵਾਰਡਨ, ਪੰਜਾਬ ਪੁਲਿਸ, ਇਹਨਾਂ ਦੇ ਆਪਣੇ ਕੋਲ ਗਰੁੱਪ ਬਣੇ ਹੋਏ ਨੇ, ਪੰਜਾਬ PTET ਦੀ ਤਿਆਰੀ ਵਾਸਤੇ ਵੀ ਆਪਾਂ ਨਵਾਂ ਗਰੁੱਪ ਤਿਆਰ ਕਰਿਆ ਹੁਣ। ਸੋ ਜੇਕਰ ਇਹ ਵਟਸਅਪ ਗਰੁੱਪਾਂ ਦੇ ਵਿੱਚ ਤੁਸੀਂ ਐਡ ਹੋਣਾ ਹੋਵੇ ਤਾਂ ਆਪਾਂ ਨੂੰ ਮੈਸੇਜ ਕਰ ਸਕਦੇ ਹੋ 88 474 77 007। ਸੋ ਲਾਸਟ ਦੇ ਵਿੱਚ 7 ਅੰਕ ਹੈ ਜੀ। ਮੈਨੂੰ ਕਈ ਵਾਰ ਜ਼ਿਆਦਾ ਫੋਨ ਆ ਜਾਂਦੇ ਨੇ ਕਿਸੇ ਦੇ, ਜਿਹਦੇ ਮਗਰੇ ਏਕਾ ਲੱਗਿਆ ਹੋਇਆ, ਉਹ ਮੈਨੂੰ ਫੋਨ ਕਰੀ ਜਾਂਦਾ ਰਹਿੰਦਾ ਵੀ ਤੁਹਾਡੇ ਜਿਹੜੇ ਵਿਦਿਆਰਥੀ ਨੇ ਭਾਈ ਮੈਨੂੰ ਮੈਸੇਜ ਭੇਜੀ ਜਾਂਦੇ ਨੇ। ਸੋ ਦੋ ਵਿਦਿਆਰਥੀ ਸਾਥੀ ਹੋ ਦੋਸਤੋ, ਇਹ ਗੱਲ ਨੋਟ ਕਰਨਾ, ਨੰਬਰ ਦਾ ਤੁਸੀਂ ਸਕਰੀਨ ਸ਼ੋਟ ਲੈ ਵੀ ਲੈਣਾ ਅਤੇ ਮੇਰੀ ਆਵਾਜ਼ ਨੂੰ ਵੀ ਸੁਣਨਾ, 88 474 77 007। ਸੋ ਇਹ ਆਪਣਾ ਨੰਬਰ ਹੈ, ਸਹੀ ਨੰਬਰ 'ਤੇ ਮੈਸੇਜ ਕਰਿਓ, ਆਪਣੀ ਪੋਸਟ ਦਾ ਨਾਮ, ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਜ਼ਰੂਰ ਲਿਖਿਓ, ਤਾਂ ਜੋ ਤੁਹਾਨੂੰ ਸੰਬੰਧਿਤ ਪੋਸਟ ਦੇ ਨਾਲ ਸੰਬੰਧਿਤ ਵਟਸਐਪ ਗਰੁੱਪ ਦਾ ਲਿੰਕ ਸੈਂਡ ਕਰ ਦਿੱਤਾ ਜਾਵੇ। ਜੇਕਰ ਤੁਹਾਨੂੰ ਲਿੰਕ ਸੈਂਡ ਕੀਤਾ ਜਾਂਦਾ ਤਾਂ ਤੁਸੀਂ ਉਹਨੂੰ ਅੱਗੇ ਆਪਣੇ ਫਰੈਂਡ ਸਰਕਲ ਦੇ ਵਿੱਚ ਭੇਜ ਸਕਦੇ ਹੋ। ਸੋ ਆਪਾਂ ਜਲਦੀ ਆਂਗਣਵਾੜੀ ਸੁਪਰਵਾਈਜ਼ਰ ਅਤੇ NTT ਦੀਆਂ ਪੋਸਟਾਂ ਦੀ ਤਿਆਰੀ ਕਰ ਰਹੇ
ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਵਾਸਤੇ ਨੋਟਸ ਸਪੈਸ਼ਲ ਵਧੀਆ ਤਰੀਕੇ ਨਾਲ ਨੋਟਸ ਤਿਆਰ ਕਰ ਰਹੇ ਹਾਂ। ਸੋ ਇੱਕ ਦੋ ਹਫ਼ਤੇ ਦੇ ਵਿੱਚ ਉਹ ਨੋਟਸ ਆਪਾਂ ਉਪਲਬਧ ਕਰਵਾਉਣ ਦੀ ਕੋਸ਼ਿਸ਼ ਕਰਾਂਗੇ, ਖਾਸ ਕਰਕੇ ਆਂਗਣਵਾੜੀ ਸੁਪਰਵਾਈਜ਼ਰ ਦੀਆਂ ਪੋਸਟਾਂ ਦੀ ਤਿਆਰੀ ਕਰਨ ਵਾਲਿਆਂ ਨੂੰ। ਸੋ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਓ, ਮਿਲਦੇ ਹਾਂ ਅਗਲੀ ਵੀਡੀਓ 'ਚ, ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।